ਚੂਲੇ ਨੂੰ ਬਦਲਵਾਉਣ ਦੀ ਸਰਜਰੀ ਚੂਲੇ ਦੇ ਜੋੜ ਵਿੱਚ ਆਰਥਰਾਇਟਿਸ ਦਾ ਮਤਲਬ ਹੈ ਜਦੋਂ ਖੋਲ ਵਿੱਚ ਲੱਗੀ ਗੇਂਦ ਦੀ ਸ਼ਕਲ ਦੀ ਹੱਡੀ ਵਾਲੇ ਜੋੜ ਵਿੱਚ ਸੋਜਿਸ਼ ਹੋ ਜਾਵੇ। ਚੂਲੇ ਨੂੰ ਬਦਲਣ ਦੀ ਸਰਜਰੀ ਦਾ ਸਭ ਤੋਂ ਆਮ ਕਾਰਨ ਹੈ ਆਸਟਿਓਆਰਥਰਾਇਟਿਸ। ਅਜੇਹ ਆਰਥਰਾਇਟਿਸ ਜੋ ਜੋੜ ਦੀ ਮੋੜ-ਮੋੜ ਵਰਤੋਂ ਕਰਨ ਨਾਲ ਹੁੰਦਾ ਹੈ। ਇਸ ਵਿੱਚ ਬਾਲ ਐਂਡ ਸੌਕੇਟ ਜੋੜ ਨੂੰ ਢੱਕਣ ਵਾਲੀ ਨਰਮ ਹੱਡੀ ਭਾਵ ਕਾਰਟਿਲੇਜ ਘਸ ਜਾਂਦੀ ਹੈ ਜਿਸ ਨਾਲ ਹੱਡੀ ਦੇ ਕੁਝ ਹਿੱਸੇ ਨੰਗੇ ਹੋ ਜਾਂਦੇ ਹਨ। ਜਿਸ ਕਾਰਨ ਮਰੀਜ਼ ਨੂੰ ਜੋੜ ਵਿੱਚ ਪੀੜ ਅਤੇ ਅਕੜਾਉ ਮਹਿਸੂਸ ਹੁੰਦਾ ਹੈ। exposed ਚੂਲੇ ਦੇ ਜੋੜ ਦਾ ਇਹ ਨਮੂਨਾ ਪੇਡੂ ਅਤੇ ਪੱਟ ਦੀ ਹੱਡੀ ਦਾ ਚੂਲੇ ਅਤੇ ਚੂਲੇ ਦੇ ਕੈਪਸੂਲ ਵਾਲੇ ਪੱਠਿਆਂ ਨਾਲ ਪ੍ਰਦਰਸ਼ਨ ਕਰਦਾ ਹੈ ਜਦੋਂ ਅਸੀਂ ਚੂਲੇ ਦੇ ਜੋੜ ਦੀ ਸਰਜਰੀ ਕਰਦੇ ਹਾਂ ਤਾਂ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਸਰਜਰੀ ਦੀਆਂ ਵਿਧੀਆਂ ਵਿੱਚੋਂ ਇੱਕ ਹੈ ਮਰੀਜ਼ ਨੂੰ ਉਸਦੇ ਇੱਕ ਪਾਸੇ ਤੇ ਲਟਾ ਦੇਣਾ ਗਲੂਟੇਸ ਮੀਡੀਅਸ ਨਾਦਾ ਪ੍ਰਮੁੱਖ ਪੱਠਾ ਜਿੱਥੇ ਇਹ ਲਾਲ ਰੰਗ ਹੈ ਨੂੰ ਬਾਹਰ ਕੱਢਿਆ ਜਾਂਦਾ ਹੈ ਜੋੜ ਨੂੰ ਵੇਖਣ ਲਈ ਅਸੀਂ ਉਸ ਪੱਠੇ ਨੂੰ ਪਿੱਛੇ ਹਟਾ ਸਕਦੇ ਹਾਂ ਉਸ ਥਾਂ ਤੇ ਚੀਰਾ ਦੇ ਕੇ ਫਿਰ ਆਪਰੇਸ਼ਨ ਕਰਨ ਲਈ ਚੂਲੇ ਨੂੰ ਬਾਹਰ ਕਰ ਲੈਂਦੇ ਹਾਂ ਆਮ ਵਰਤੋਂ ਵਿੱਚ ਲਿਆਏ ਜਾਂਦੇ ਸਰਜਰੀ ਦੇ ਦੂਜੇ ਤਰੀਕੇ ਵਿੱਚ ਗਲੂਟੇਸ ਮੀਡੀਅਸ ਨੂੰ ਅੱਗੇ ਨੂੰ ਧੱਕ ਦਿੱਤਾ ਜਾਂਦਾ ਹੈ ਅਤੇ ਕੈਪਸੂਲ ਨੂੰ ਦੂਜੇ ਪਾਸਿਓਂ ਚੀਰਾ ਦਿੱਤਾ ਜਾਂਦਾ ਹੈ ਇਸ ਨੂੰ ਪੋਸਟੀਰੀਅਰ ਅਪਰੋਚ ਕਿਹਾ ਜਾਂਦਾ ਹੈ ਚੂਲੇ ਵਿੱਚ ਵਧੇ ਹੋਏ ਆਰਥਰਾਇਟਿਸ ਦਾ ਇਲਾਜ ਕਰਨ ਲਈ ਸਾਨੂੰ ਪੱਟ ਦੀ ਹੱਡੀ ਦਾ ਸਿਰ ਭਾਵ ਗੇਂਦ ਦੇ ਆਕਾਰ ਵਾਲਾ ਜੋੜ ਅਤੇ ਐਸੀਟਾਬुलम ਭਾਵ ਜੋੜ ਦੇ ਖੋਲ ਨੂੰ ਬਦਲਣਾ ਪੈਂਦਾ ਹੈ ਪਹਿਲਾਂ ਅਸੀਂ ਫੀਮਰ ਭਾਵ ਪੱਟ ਦੀ ਹੱਡੀ ਬਾਰੇ ਗੱਲ ਕਰਾਂਗੇ ਚੂਲੇ ਨੂੰ ਸੰਪੂਰਨ ਬਦਲਣ ਦੀ ਆਮ ਤਕਨੀਕ ਵਿੱਚ ਸ਼ਾਮਲ ਹੈ ਪੱਟ ਦੀ ਹੱਡੀ ਦੇ ਉੱਪਰਲੇ ਹਿੱਸੇ ਨੂੰ ਹਟਾਉਣਾ ਇਸ ਨੂੰ ਹਟਾਉਣ ਤੋਂ ਬਾਅਦ ਫੀਮਰ ਦੇਖਣ ਵਿੱਚ ਇੱਕ ਟਿਊਬ ਵਾਂਗ ਲੱਗਦਾ ਹੈ ਸਰਜਨ ਪੱਟ ਦੀ ਹੱਡੀ ਭਾਵ ਫੀਮਰ ਦੇ ਅੰਦਰ ਵੇਖ ਸਕਦੇ ਹਨ the tube of the femur ਇਹ ਉਹ ਟਿਊਬ ਹੈ ਜਿਸ ਵਿੱਚ ਨਵੀਂ ਗੇਂਦ ਵਾਲਾ ਨਕਲੀ ਹਿੱਸਾ ਲਗਾਇਆ ਜਾਂਦਾ ਹੈ the standard options ਫੀਮਰ ਸਬੰਧੀ ਆਮ ਵਿਕਲਪਾਂ ਵਿੱਚ ਸ਼ਾਮਲ ਹਨ ਪ੍ਰੈਸ ਫਿਟ ਜਾਂ ਸਿਮੈਂਟਲੈਸ ਭਾਵ ਜੋੜ ਦਾ ਬਿਨਾਂ ਸਿਮੈਂਟ ਵਾਲਾ ਨਕਲੀ ਹਿੱਸਾ ਜੋ ਕਿ ਆਮ ਤੌਰ ਤੇ ਟਾਈਟੇਨੀਅਮ ਦੀ ਇੱਕ ਰੌਡ ਹੁੰਦੀ ਹੈ ਜਿਸ ਦਾ ਆਕਾਰ ਲੰਬਾਈ ਅਤੇ ਚੌੜਾਈ ਮਰੀਜ਼ ਦੇ ਹੱਡੀਆਂ ਦੇ ਢਾਂਚੇ ਮੁਤਾਬਕ ਤਿਆਰ ਕੀਤਾ ਜਾਂਦਾ ਹੈ ਇਸ ਨੂੰ ਇਸ ਥਾਂ ਵਿੱਚ ਕਸ ਕੇ ਪਾ ਦਿੱਤਾ ਜਾਂਦਾ ਹੈ 6 ਤੋਂ 8 ਹਫ਼ਤਿਆਂ ਦੌਰਾਨ ਹੱਡੀ ਦਾ ਪਸਾਰ ਹੋਣ ਲੱਗਦਾ ਹੈ ਜਿਸ ਨਾਲ ਜੋੜ ਦਾ ਇਹ ਨਕਲੀ ਹਿੱਸਾ ਆਉਣ ਵਾਲੇ ਕਈ ਦਹਾਕਿਆਂ ਲਈ ਪੱਕਾ ਹੋ ਜਾਂਦਾ ਹੈ ਜੋੜ ਦੇ ਇਸ ਨਕਲੀ ਹਿੱਸੇ ਉੱਪਰ ਵੱਖ-ਵੱਖ ਆਕਾਰ ਦੇ ਗੇਂਦ ਵਾਲੇ ਜੋੜ ਅਤੇ ਨੈਕ ਸਾਈਜ਼ ਲਗਾਏ ਜਾ ਸਕਦੇ ਹਨ ਜਿਸ ਨਾਲ ਮਰੀਜ਼ ਦੀ ਹੱਡੀਆਂ ਦਾ ਅਸਲੀ ਢਾਂਚਾ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ ਇਹੇ ਤਿਆਰ ਕੀਤਾ ਨਕਲੀ ਜੋੜ ਤਕੜਾ ਹੋਵੇਗਾ ਅਤੇ ਇਸ ਉੱਪਰ ਪਹਿਲਾਂ ਜਿੰਨਾ ਹੀ ਭਾਰ ਪਾਇਆ ਜਾ ਸਕਦਾ ਹੈ ਅਤੇ ਮਰੀਜ਼ ਵੱਲੋਂ ਮਨ ਪਰਚਾਵੇ ਵਾਲੀਆਂ ਸਭ ਗਤੀਵਿਧੀਆਂ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਐਸੀਟਾਬुलम ਪਾਵ ਜੋੜ ਦੇ ਸੌਕੇਟ ਉੱਪਰ ਹੋਏ ਆਰਥਰਾਇਟਿਸ ਨਾਲ ਨਜਿੱਠਣ ਲਈ ਵੱਖ-ਵੱਖ ਵਿਕਲਪ ਉਪਲਬਧ ਹਨ ਹੱਡੀ ਦੇ ਖੋਲ ਨੂੰ ਖੁੱਲਾ ਜਾਂ ਚੌੜਾ ਕਰਕੇ ਅਧ ਗੋਲਾ ਬਣਾਉਣਾ ਆਮ ਵਰਤੋਂ ਵਿੱਚ ਲਿਆਈ ਜਾਣ ਵਾਲੀ ਤਕਨੀਕ ਹੈ ਫਿਰ ਐਸੀਟਾਬुलम ਲਈ ਟਾਈਟੇਨੀਅਮ ਨਾਲ ਬਣਿਆ ਨਕਲੀ ਹਿੱਸਾ ਮਰੀਜ਼ ਦੀ ਹੱਡੀ ਵਿੱਚ ਦੱਬ ਕੇ ਪਾ ਦਿੱਤਾ ਜਾਂਦਾ ਹੈ ਇਸ ਨਕਲੀ ਜੋੜ ਵਿੱਚ ਹੱਡੀ ਦਾ ਪਸਾਰ ਹੋਣ ਨਾਲ ਇਹਨਾਂ ਦੀ ਆਪਸ ਵਿੱਚ ਅਜਹੀ ਪਕੜ ਬਣਦੀ ਹੈ ਜੋ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਬਰਕਰਾਰ ਰਹਿੰਦੀ ਹੈ ਸਰਜਨ ਕੋਲ ਇਸ ਟਾਈਟੇਨੀਅਮ ਦੇ ਖੋਲ ਵਿੱਚ ਪਾਉਣ ਲਈ ਕਈ ਵਿਕਲਪ ਉਪਲਬਧ ਹਨ ਜਿਨ੍ਹਾਂ ਵਿੱਚ ਆਮ ਤੌਰ ਤੇ ਪਲਾਸਟਿਕ ਦੇ ਪਦਾਰਥ ਦੀ ਇੱਕ ਕਿਸਮ ਪੋਲੀਥੀਨ ਸ਼ਾਮਲ ਹੈ ਜਿਸ ਦਾ ਲੰਮੇ ਸਮੇਂ ਤੱਕ ਦੀ ਕਾਰਗੁਜ਼ਾਰੀ ਦਾ ਚੰਗਾ ਰਿਕਾਰਡ ਹੈ ਜੂਲੇ ਨੂੰ ਸੰਪੂਰਨ ਬਦਲਣ ਦੀ ਸਰਜਰੀ ਲਈ ਪੋਲੀਥੀਨ ਉੱਪਰ ਤਾਚੜਾ ਕੇ ਤਿਆਰ ਕੀਤੇ ਗਏ ਨਕਲੀ ਜੋੜ ਨੂੰ ਅੱਜਕੱਲ੍ਹ ਵਿਸ਼ਵ ਭਰ ਵਿੱਚ 골ਡ ਸਟੈਂਡਰਡ ਭਾਵ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ। ਜੂਲੇ ਦੀ ਪਹਿਲੀ ਵਾਰੀ ਕੀਤੀ ਜਾਣ ਵਾਲੀਆਂ ਵਿਦੇਸ਼ੀ ਆਰਥੋਪਲਾਸਟੀ ਭਾਵ ਸਰਜਰੀਆਂ ਨੂੰ ਕਾਮਯਾਬੀ ਨਾਲ ਪੂਰਾ ਕਰਨ ਲਈ 60 ਤੋਂ 90 ਮਿੰਟ ਲੱਗਦੇ ਹਨ। ਸਰਜਰੀ ਤੋਂ ਬਾਅਦ ਸਰਜਨ ਤੁਹਾਡੇ ਕੈਪਸੂਲ ਭਾਵ ਦੋ ਜੋੜਾਂ ਦੇ ਆਪਸ ਵਿੱਚ ਮਿਲਣ ਵਾਲੀ ਥਾਂ ਅਤੇ ਯੋਜਕ ਤੰਤੂਆਂ ਦੀ ਮੁਰੰਮਤ ਕਰੇਗਾ ਅਤੇ ਤੁਹਾਡੇ ਪੱਠੇ ਨੂੰ ਮੁੜ ਉਸ ਦੀ ਸਹੀ ਥਾਂ ਤੇ ਲਿਆ ਕੇ ਉਸ ਨੂੰ ਏਨਾ ਕੋ ਖਿਚਾਓ ਦੇਵੇਗਾ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਸਿਹਤਯਾਬ ਹੋ ਸਕੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰਜਨ, ਆਪਣੇ ਥੈਰੇਪਿਸਟ ਅਤੇ ਆਪਣੇ ਨਰਸਿੰਗ ਸਟਾਫ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ। ਪਹਿਲੇ ਕੁਝ ਮਹੀਨਿਆਂ ਦੌਰਾਨ ਆਪਣੇ ਜੋੜ ਦੀ ਹਰਕਤ ਦੇ ਦਾਇਰੇ ਸੰਬੰਧੀ ਲਗੀਆਂ ਬੰਦਸ਼ਾਂ ਦੀ ਉਲੰਘਣਾ ਨਾ ਕਰੋ। ਅਜਿਹੇ ਕਰਨ ਨਾਲ ਤੁਸੀਂ ਆਪਣੇ ਰਾਜੀ ਹੋ ਰਹੇ ਟਿਸ਼ੂ ਨੂੰ ਨੁਕਸਾਨ ਪਹੁੰਚਾ ਸਕਦੇ ਹੋ